ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੰਤ ਕੌਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਇੱਕ ਕਹਾਣੀ ਹੈ। ਇਹ ਕੋਈ ਕਾਲਪਨਿਕ ਕਹਾਣੀ ਨਹੀਂ, ਸਗੋਂ ਇੱਕ ਸੱਚੀ ਕਹਾਣੀ ਹੈ। ਅਤੇ ਇਹ ਇੱਕ ਐਸੀ ਸਿੱਖ ਬੀਬੀ ਦੀ ਕਹਾਣੀ ਹੈ ਜਿਨ੍ਹਾਂ ਨੇ ਔਖੇ ਸਮਿਆਂ ਵਿੱਚ ਨਾ ਸਿਰਫ ਆਪਣੇ ਧਰਮ ਨੂੰ ਕਾਇਮ ਰੱਖਿਆ, ਸਗੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਕਈਆਂ ਨੂੰ ਜੀਵਨ ਦਾਨ ਦਿੱਤਾ। ਇਹ ਬੀਬੀ ਜੀ ਦੀ ਸਰੀਰਕ ਉਮਰ ਕੋਈ ਬਹੁਤੀ ਨਹੀਂ ਸੀ, ਕੋਈ 20 ਤੋਂ 30 ਵਰਿਆਂ ਦੇ ਵਿਚਕਾਰ ਹੋਵੇਗੀ, ਪਰ ਉਹਨਾਂ ਦਾ ਸਿੱਖੀ ਪ੍ਰਤੀ ਪ੍ਰੇਮ, ਵਿਸ਼ਵਾਸ, ਦ੍ਰਿੜਤਾ, ਅਣਖੇਲਾਪਨ, ਜ਼ਾਮਬਾਜ਼ੀ, ਸੁਹਿਰਦਤਾ, ਮਾਨੋ ਸੰਤ ਅਤੇ ਸਿਪਾਹੀ ਦਾ ਇੱਕ ਸੰਪੂਰਨ ਸੁਮੇਲ ਸੀ। ਸ਼ਾਇਦ ਇਹੀ ਕਾਰਨ ਹੈ ਕਿ ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਅਸੀਂ ਕਦੇ ਵੀ ਇਹਨਾਂ ਨੂੰ ਵਿਸਾਰ ਨਹੀਂ ਪਾਏ। ਸੋ ਅਕਸਰ ਹੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਡਾ ਸਿਰ ਇਹਨਾਂ ਅੱਗੇ ਝੁਕ ਜਾਂਦਾ ਹੈ। ਪਰ ਸੱਚ ਜਾਣਿਓ, ਕਿਸੇ ਵੀ ਮਹਾਂਪੁਰਖ ਤੋਂ ਘਾਟੇ ਸਾਨੂੰ ਨਜ਼ਰ ਨਹੀਂ ਆਉਂਦੇ। ਇਸ ਕਿਤਾਬ ਦੇ ਨਾਲ ਹੀ ਅਸੀਂ 2 ਲਾਈਨਾਂ ਲਿਖੀਆਂ ਹਨ। ਮੇਰੇ ਸੁਪਨੇ ਦੇ ਵਿੱਚ ਸੋਹਣਿਆ, ਬਸ ਤੇਰੀ ਸਰਦਾਰੀ ਹੈ। ਇਸ ਦੇ ਕਾਰਨ ਕੀ ਹੈ ਕਿ ਉਸ ਵਕਤ ਦੇ ਸਾਡੇ ਪੁਰਖੇ, ਜਿਨ੍ਹਾਂ ਪਾਸ ਭਲੇ ਹੀ ਸੌਣ ਲਈ ਘੋੜਿਆਂ ਦੀਆਂ ਕਾਠੀਆਂ ਸਨ, ਰਹਿਣ ਲਈ ਜੰਗਲ ਸਨ, ਪਰ ਉਹਨਾਂ ਦਾ ਸਿੱਖੀ ਪ੍ਰਤੀ ਪ੍ਰੇਮ, ਕੌਮ ਲਈ ਜਜ਼ਬਾ, ਸਮਰਪਣ, ਭਾਈਚਾਰਕ ਪਿਆਰ, ਇਹ ਇੱਕ ਸੱਚੀ ਸਰਦਾਰੀ ਦੀ ਮਿਸਾਲ ਸੀ। ਅਤੇ ਇਹੀ ਸੁਪਨਾ ਅੱਜ ਵਾਸਤੇ ਹੈ ਕਿ ਕੌਮ ਵਿੱਚ ਐਸੀ ਸਰਦਾਰੀ ਸਤਿਗੁਰੂ ਜੀ ਫਿਰ ਬਖਸ਼ਣ। ਇਸ ਕਹਾਣੀ ਦਾ ਇੱਕ ਚੈਪਟਰ ਜਾਂ ਕਾਂਡ ਹਰ ਵਾਰ ਸਾਂਝਾ ਕੀਤਾ ਜਾਇਆ ਕਰੇਗਾ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਪ੍ਰੇਮ ਸਹਿਤ ਸੁਣਿਆ ਕਰਨਾ, ਕਿਉਂਕਿ ਇਹ ਕੋਈ ਮਨੋਰੰਜਨ ਵਾਸਤੇ ਜਾਂ ਸਮਾਂ ਬਿਤਾਉਣ ਲਈ ਨਹੀਂ, ਸਗੋਂ ਇਸ ਕਹਾਣੀ ਦੇ ਜ਼ਰੀਏ ਆਪਾਂ ਆਪਣੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਹੋਵਾਂਗੇ ਅਤੇ ਕਿੰਨੀਆਂ ਹੀ ਅਣਕਹੀਆਂ ਕਹਾਣੀਆਂ, ਉਹ ਜ਼ਿੰਦਗੀਆਂ ਜੋ ਕੌਮ ਪ੍ਰਤੀ ਕੁਰਬਾਨ ਹੋ ਗਈਆਂ, ਉਹਨਾਂ ਤੋਂ ਵੀ ਜਾਣੂ ਹੋਵਾਂਗੇ। ਨਾਲ ਹੀ ਇਸ ਕਹਾਣੀ ਦੇ ਵਿੱਚੋਂ ਆਪਾਂ ਨੂੰ ਸਿੱਖ ਜੀਵਨ ਜਾਚ ਸਿੱਖਣ ਨੂੰ ਮਿਲੇਗੀ। ਸੋ ਬੇਨਤੀ ਹੈ ਆਪ ਸਭ ਜੀ ਨੇ ਜ਼ਰੂਰ ਸੁਣਿਆ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।